ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਟਰੈਕਟਰ ਮਾਫੀਆ ਚੈਨਲ 'ਤੇ, ਅਤੇ ਹਾਜ਼ਰ ਹੋਏ ਇੱਕ ਨਵੀਂ ਵੱਡੀ ਜਾਣਕਾਰੀ ਦੇ ਨਾਲ। ਅਤੇ ਜੇ ਕਿਸਾਨ ਵੀਰੋ ਤੁਸੀਂ ਬਾਸਮਤੀ ਦਾ ਚੰਗਾ ਭਾਅ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਜ਼ਰੂਰੀ ਕੰਮ ਕਰਨਾ ਪਵੇਗਾ। ਅਤੇ ਇਹ ਤੁਹਾਨੂੰ ਕੀ ਕੰਮ ਕਰਨਾ ਪਵੇਗਾ ਆਓ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਰਾਹੀਂ। ਅਤੇ ਵੀਡੀਓ ਨੂੰ ਸ਼ੁਰੂ ਕਰਦੇ ਪਹਿਲਾਂ ਜਿਹੜੇ ਚੈਨਲ 'ਤੇ ਨਵੇਂ ਹਨ, ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗੇ ਬੈਲ 'ਤੇ ਆਈਕੋਨ ਨੂੰ ਦਬਾ ਦਿਉ ਤਾਂ ਕਿ ਜਿਹੜੀ ਵੀ ਆਪਾਂ ਅੱਗੇ ਤੋਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ। ਅਤੇ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਅੱਜ ਦੀ ਇਸ ਜਾਣਕਾਰੀ ਦੀ ਵੀਡੀਓ ਨੂੰ ਸ਼ੁਰੂ ਕਿ ਪੰਜਾਬ ਵਿੱਚ ਬਾਸਮਤੀ ਝੋਨੇ ਦੀ ਕੀਮਤ ਦੇ ਉਤਰਾਅ ਚੜ੍ਹਾਅ ਦਾ ਸਿੱਧਾ ਸੰਬੰਧ ਇਸ ਦੀਆਂ ਨਿਰਯਾਤ ਕੀਮਤਾਂ ਦੇ ਉਤਰਾਅ ਚੜ੍ਹਾਅ ਨਾਲ ਜੁੜਿਆ ਹੋਇਆ ਹੈ। ਬਾਸਮਤੀ ਚਾਵਲ ਦੀਆਂ ਨਿਰਯਾਤ ਕੀਮਤਾਂ ਵਿੱਚ ਹੋਇਆ ਬਦਲਾਅ ਘਰੇਲੂ ਮੰਡੀਆਂ ਵਿੱਚ ਬਾਸਮਤੀ ਝੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਕਿਸਾਨਾਂ ਵੱਲੋਂ ਇਸ ਫਸਲ ਹੇਠਲੇ ਰਕਬੇ ਉੱਪਰ ਅਸਰ ਅੰਦਾਜ਼ ਹੁੰਦਾ ਹੈ। ਪੰਜਾਬ ਵਿੱਚ ਸਾਲ 2011-12 ਦੌਰਾਨ ਬਾਸਮਤੀ ਦੀ ਕੁੱਲ ਪੈਦਾਵਾਰ ਵਿੱਚ ਭਰਵਾਂ ਵਾਧਾ ਹੋਇਆ ਸੀ, ਜਿਸ ਕਰਕੇ ਬਾਸਮਤੀ ਝੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਹੋਣੀ ਸ਼ੁਰੂ ਹੋ ਗਈ ਸੀ। ਇਸ ਦੀਆਂ ਕੀਮਤਾਂ ਸਾਲ 2008-09 ਵਿੱਚ 2600 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਕੇ 2011-12 ਵਿੱਚ ਸਿਰਫ 1830 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈਆਂ। ਅਗਲੇ ਸਾਲ 2012-13 ਵਿੱਚ ਕਿਸਾਨਾਂ ਨੇ 1,00,000 ਹੈਕਟੇਅਰ ਦੇ ਕਰੀਬ ਘਟਾ ਦਿੱਤਾ। ਅਤੇ ਦੂਸਰੇ ਪਾਸੇ ਬਾਸਮਤੀ ਚਾਵਲ ਦਾ ਨਿਰਯਾਤ ਯਾਨੀ ਕਿ ਉਸਦੀ ਖਰੀਦ ਉਵੇਂ ਵੱਧਦੀ ਰਹੀ। ਇਸ ਦੇ ਫਲਸਰੂਪ ਪੰਜਾਬ ਦੀਆਂ ਮੰਡੀਆਂ ਵਿੱਚ ਵੀ ਬਾਸਮਤੀ ਦੀਆਂ ਝੋਨੇ ਦੀਆਂ ਕੀਮਤਾਂ ਦਾ ਰਿਕਾਰਡ ਪੱਧਰ 3500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ। ਕੀਮਤਾਂ ਵਿੱਚ ਹੋਏ ਇਸ ਭਾਰੀ ਵਾਧੇ ਕਾਰਨ ਕਿਸਾਨਾਂ ਨੇ 2014-15 ਵਿੱਚ ਇੱਕ ਵਾਰ ਫਿਰ ਬਾਸਮਤੀ ਦਾ ਰਕਬਾ ਵਧਾ ਦਿੱਤਾ। ਸਿੱਟੇ ਵਜੋਂ ਇਸ ਦੇ ਉਤਪਾਦਨ ਵਿੱਚ ਵੱਡੇ ਪੱਧਰ 'ਤੇ ਹੋਏ ਵਾਧੇ ਕਾਰਨ ਇਸ ਦੇ ਸਟਾਕ ਵਿੱਚ ਵੀ ਚੋਖਾ ਵਾਧਾ ਹੋ ਗਿਆ। ਅਤੇ 2015-16 ਵਿੱਚ ਘਰੇਲੂ ਮਾਰਕੀਟ ਵਿੱਚ ਇਸ ਦੀਆਂ ਕੀਮਤਾਂ ਨੂੰ ਮੂਧੇ ਮੂੰਹ ਡੇ ਦਿੱਤਾ। ਘੱਟ ਰਹੀਆਂ ਕੀਮਤਾਂ ਕਾਰਨ ਸਾਲ 2016-17 ਅਤੇ 2018-19 ਵਿੱਚ ਦੌਰਾਨ ਬਾਸਮਤੀ ਅਧੀਨ ਰਕਬਾ ਘੱਟ ਹੋ ਗਿਆ। ਬਾਸਮਤੀ ਦੀ ਪੈਦਾਵਾਰ ਘਟਣਾ ਅਤੇ ਪਿਛਲੇ ਸਾਲ ਦੀ ਸਟਾਕ ਵਿੱਚ ਕਮੀ ਹੋਣ ਕਾਰਨ ਘਰੇਲੂ ਕੀਮਤਾਂ ਨੂੰ ਕੁਝ ਹੁਲਾਰਾ ਮਿਲਿਆ। ਅਤੇ ਇਹ ਵੱਧ ਕੇ ਸਾਲ 2016-17 ਦੌਰਾਨ 2400 ਰੁਪਏ ਪ੍ਰਤੀ ਕੁਇੰਟਲ, ਸਾਲ 2017-18 ਦੌਰਾਨ 2800 ਰੁਪਏ ਪ੍ਰਤੀ ਕੁਇੰਟਲ ਦੇ ਅਤੇ ਸਾਲ 2018-19 3200 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ। ਇਸ ਤਰ੍ਹਾਂ ਪਿਛਲੇ ਸਾਲ ਬਾਸਮਤੀ ਝੋਨੇ ਦੇ ਚੰਗੇ ਭਾਅ ਤੋਂ ਉਤਸ਼ਾਹਿਤ ਹੋ ਕੇ ਕਿਸਾਨਾਂ ਵੱਲੋਂ ਆਉਂਦੇ ਸਾਲ ਦੌਰਾਨ ਇਸ ਦੀ ਕਾਸ਼ਤ ਹੇਠਲਾ ਭਾਰੀ ਵਾਧਾ ਅਤੇ ਇਸ ਦੀਆਂ ਕੀਮਤਾਂ ਉੱਤੇ ਉਲਟਾ ਅਸਰ ਪਾ ਸਕਦਾ। ਇਸ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਬਾਸਮਤੀ ਦੀ ਉਪਜ ਦਾ ਲਾਹੇਵੰਦ ਭਾਅ ਲੈਣ ਲਈ ਇਸ ਅਧੀਨ ਰਕਬੇ ਨੂੰ ਇਸ ਸਾਲ ਵੀ ਸੀਮਤ ਹੀ ਰੱਖਿਆ ਜਾਵੇ ਕਿ ਜਾਣੀ ਕਿ ਕਿਸਾਨ ਜ਼ਿਆਦਾ ਬਾਸਮਤੀ ਨਾ ਲਾਉਣ ਅਤੇ ਇਸ ਦਾ ਜਿਹੜਾ ਰਕਬਾ ਘਟਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਆਪਾਂ ਨੂੰ ਜਿਹੜੀ ਆਪਣੀ ਫਸਲ ਦਾ ਸਹੀ ਮੁੱਲ ਮਿਲ ਸਕੇ। ਇਹ ਸੀਗੀ ਜੀ ਅੱਜ ਦੀ ਆਪਣੀ ਇਸ ਸਮੇਂ ਦੀ ਲੇਟੈਸਟ ਜਾਣਕਾਰੀ। ਅਤੇ ਹਾਜ਼ਰ ਹੁੰਦੇ ਇਸੇ ਤਰ੍ਹਾਂ ਦੀ ਕਿਸੇ ਜਾਣਕਾਰੀ ਦੇ ਨਾਲ। ਤਦ ਤੱਕ ਲਈ ਧੰਨਵਾਦ ਵੀਰੋ।